ਰਹਿਮਾਨ ਰਹੀਮ ਅਸਲਾਮ ਵਾਲੇਕਮ ਦੋਸਤੋ, ਕੀ ਹਾਲ ਚਾਲ ਨੇ? ਤੁਸੀਂ ਦੇਖਦੇ ਪਏ ਹੋ ਸਾਡਾ ਦੇਸ਼ ਪੰਜਾਬ ਟੀਵੀ ਅਤੇ ਮੈਂ ਤੁਹਾਡਾ ਮੇਜ਼ਬਾਨ ਮੁਹੰਮਦ ਨਾਜ਼ਮ। ਜਿੱਦਾਂ ਕਿ ਵੀਰਾਂ ਦੀ ਕੋਸ਼ਿਸ਼ ਕਰਨਾ ਹਰ ਰੋਜ਼ ਬਿਹਤਰੀਨ ਔਰ ਅੱਛੀ ਵੀਡੀਓ ਲੈ ਕੇ ਹਾਜ਼ਰ ਹੋਵਾਂ। ਇਸੇ ਤਰੀਕੇ ਪਹਿਲਣ ਵੈਡ ਦੀ ਵੀਡੀਓ ਦੋਸਤਾਂ ਵੀਰਾਂ ਵਾਸਤੇ ਲੈ ਕੇ ਹਾਜ਼ਰ ਹੋਇਆ। ਬੜੀ ਪਿਆਰੀ ਵੈਡ ਮਾਸ਼ਾਅੱਲਾ ਦੋਸਤੋ, ਅਗਰ ਵੀਡੀਓ ਪਸੰਦ ਆਵੇ ਚੈਨਲ ਨੂੰ ਸਬਸਕ੍ਰਾਈਬ ਕਰਨਾ, ਸ਼ੇਅਰ ਕਰਨਾ, ਕਮੈਂਟ ਕਰਨਾ ਨਹੀਂ ਦੋਸਤੋ ਭੁੱਲਣਾ। ਔਰ ਬਾਕੀ ਬੱਚਾ ਵੈਡ ਦਾ ਮਰ ਗਿਆ, ਉਹ ਅੱਗੇ ਪਿਆ। ਔਰ ਬਾਕੀ ਦੋਸਤਾਂ ਵੀਰਾਂ ਨੂੰ ਤਸੱਲੀਆਂ ਕਰਾਵਾਂਗਾ, ਅਗਰ ਵੀਡੀਓ ਪਸੰਦ ਆਵੇ ਚੈਨਲ ਨੂੰ ਸਬਸਕ੍ਰਾਈਬ ਕਰਨਾ, ਸ਼ੇਅਰ ਕਰਨਾ, ਕਮੈਂਟ ਕਰਨਾ ਦੋਸਤੋ ਨਹੀਂ ਭੁੱਲਣਾ। ਔਰ ਇਹ ਮੇਰੇ ਵੀਰ ਵੇਖ ਲੈਣ ਮਾਸ਼ਾਅੱਲਾ ਪਹਿਲਣ ਵੈੜ ਮਾਸ਼ਾਅੱਲਾ। ਮੂੰਹ 'ਚ ਕਿਵੇਂ ਪਈ ਤਾਰ? ਮੂੰਹ 'ਚ ਚੋਗੀ, ਨਿੱਕਾ ਨਿੱਕਾ ਸਿੰਘ ਰੱਖਿਆ ਕਰਮਾਲੀ ਨੇ, ਪਿਓਰ ਚੋਲਸਤਾਨੀ ਦੇ ਫਰੀਜ਼ੀਆਂ ਨੇ ਦੋਸਤੋ। ਮਾਸ਼ਾਅੱਲਾ ਬੜਾ ਸੀਲ ਸਾਊ ਜਾਨਵਰ ਹੈ, ਬੜਾ ਪਿਆਰਾ ਜਾਨਵਰ ਹੈ। ਔਰ ਇਹ ਮੇਰੇ ਵੀਰ ਥਣ ਵੇਖ ਲੈਣ, ਪੂਰਾ ਮੁੱਠ ਮੁੱਠ ਦਾ ਥਣ ਹੈ, ਪੂਰੇ ਗਿੱਠ ਗਿੱਠ ਦੇ ਵੀਰ ਲੱਗਦੇ ਨੇ। ਇਹ ਮੇਰੇ ਵੀਰ ਤਸੱਲੀਆਂ ਕਰ ਲੈਣ। ਔਰ ਅੱਗੋਂ ਧੁਨੀ ਨਾਲ ਲਾਈ ਖੜੀਏ, ਮਗਰੋਂ ਇਨਸ਼ਾਅੱਲਾ ਪੱਟਾ 'ਚ ਬਾਹਰ ਕੱਢੀ ਫਿਰਦੀ। ਇਹ ਮੇਰੇ ਵੀਰ ਵੇਖ ਲੈਣ ਮਾਸ਼ਾਅੱਲਾ, ਬੜਾ ਪਿਆਰਾ ਜਾਨਵਰ ਦੋਸਤੋ, ਔਰ ਬੜਾ ਲਾਜਵਾਬ ਜਾਨਵਰ, ਬੜਾ ਅਸੀਲ ਸਾਊ ਹੈ। ਔਰ ਬਾਕੀ ਛੱਡ ਕੇ ਟੋਰੋ ਆਪਣਾ ਭਾਈ ਇਫਤਿਹਾਰ, ਛੱਡ ਕੇ ਵੀ ਟੋਰ ਕੇ ਤਸੱਲੀਆਂ ਕਰਾਇਆ ਜਾਏਗਾ ਮੈਂ ਆਪਣੇ ਵੀਰਾਂ ਦੋਸਤਾਂ ਨੂੰ। ਮਾਸ਼ਾਅੱਲਾ ਪਹਿਲਣ ਹੋ ਕੇ ਇੰਨਾ ਕੱਦ ਕਾਠ ਔਰ ਇੰਨਾ ਪਿਆਰਾ ਥਣ ਬਹੁਤ ਘੱਟ ਜਾਨਵਰਾਂ ਨੂੰ ਲੱਗਿਆ ਹੁੰਦਾ ਮਾਸ਼ਾਅੱਲਾ। ਔਰ ਮੱਝ ਤਰ੍ਹਾਂ ਪੁੱਠੇ ਚੋੜੇ ਨੇ, ਔਰ ਮੱਝ ਵਾਲੀ ਲੱਤ ਲੱਗੀ ਦੋਸਤੋ। ਇਹ ਮੇਰੇ ਵੀਰ ਟੁਰਨ ਫਿਰਨ ਵੇਖ ਲੈਣ, ਬਿਲਕੁਲ ਸੋਲਾ ਨੇ, ਖੁੱਲ੍ਹ ਕੇ ਟੁਰ ਬਾਈ ਖੁੱਲ੍ਹ ਕੇ। ਇਹ ਮੇਰੇ ਵੀਰ ਵੇਖ ਲੈਣ, ਬਿਲਕੁਲ ਸੋਲਾ ਨੇ, ਕੋਈ ਲੱਤ 'ਚ ਘਾਟਾ ਵਾਧਾ ਨਹੀਂ, ਕੋਈ ਸਰਨ ਨਹੀਂ, ਕੋਈ ਵਾਹ ਨਹੀਂ। ਮਾਸ਼ਾਅੱਲਾ ਬੜਾ ਪਿਆਰਾ ਜਾਨਵਰ ਹੈ, ਔਰ ਬੜਾ ਲਾਜਵਾਬ ਜਾਨਵਰ। ਇਹ ਮੇਰਾ ਵੀਰਾ ਦੋਸਤਾਂ ਨੇ ਤਸੱਲੀਆਂ ਕਰ ਲੈਣੀਆਂ ਨੇ। ਮਾਸ਼ਾਅੱਲਾ ਮਾਸ਼ਾਅੱਲਾ ਬੜਾ ਪਿਆਰਾ ਜਾਨਵਰ ਦੋਸਤੋ, ਮੁੱਠ ਮੁੱਠ ਦਾ ਥਣ ਔਰ ਪੂਰੇ ਗਿੱਠ ਗਿੜ ਦੇ ਵਿਰਲਾਂ 'ਤੇ ਨੇ। ਇਹ ਮੇਰੇ ਵੀਰ ਵੇਖ ਲੈਣ, ਪੱਟਾ 'ਚੋਂ ਬਾਹਰ ਕੱਢੀ ਫਿਰਦੀ ਹੈ ਔਰ ਅੱਗੋਂ ਧੁਨੀ ਨਾਲ ਲਾਈ ਫਿਰਦੀ ਹੈ। ਇਹ ਮੇਰੇ ਵੀਰ ਵਾਧਾ ਵੇਖ ਲੈਣ ਮਾਸ਼ਾਅੱਲਾ। ਔਰ ਇਹਦੀ ਲਾਈਵ ਚੁਆਈ ਕਰਾਵਾਂਗਾ ਨਹੀਂ, ਸਿਰਫ ਤਸੱਲੀ ਕਰਾਵਾਂਗਾ ਦੋਸਤਾਂ ਵੀਰਾਂ ਨੂੰ, ਬਾਕੀ ਅਸੀਲ ਸਾਹਿਬ ਦੀ। ਔਰ ਇਹ ਬੱਚਾ ਪਿਆ ਦੋਸਤੋ, ਵੱਛੀ ਸੀ ਕਿ ਵੱਛਾ ਸੀ? ਵੱਛੀ ਸੀ ਦੋਸਤੋ, ਇਹ ਵਿਚਾਰੀ ਮਰ ਗਈ ਏ। ਇਹ ਮੇਰੇ ਵੀਰਾਂ ਨੇ ਵੇਖ ਲੈਣਾ। ਬਾਕੀ ਵੈਰ ਦੋਸਤੋ ਅਸੀਲ ਸਾਹਿਬ ਹੈ, ਬਿਲਕੁਲ ਓਕੇ ਮਾਸ਼ਾਅੱਲਾ। ਇਹ ਹਜੇ ਤਾਜ਼ਾ ਹੀ ਸੂਈ ਸੀ, ਕਦੋਂ ਸੂਈ ਸੀ, ਹਰ ਗੱਲਬਾਤ ਜਿਹੜੀ ਮਾਲਕ ਨਾਲ ਕਰ ਲੈਂਦੇ ਹਾਂ। ਬਾਕੀ ਆ ਜਾਓ ਭਾਈ ਇਫਤਿਹਾਰ, ਆ ਜਾਓ ਜੀ। ਅਸਲਾਮ ਵਾਲੇਕੁਮ ਜੀ। ਵਾਲੇਕੁਮ ਸਲਾਮ ਜੀ। ਭਾਈ ਇਫਤਿਹਾਰ ਕੀ ਹਾਲ ਨੇ? ਅਲਹਮਦੁਲਿਲਾਹ, ਅੱਲਾਹ ਦਾ ਸ਼ੁਕਰ ਹੈ। ਭਾਈ ਇਫਤਿਹਾਰ ਵੈੜੀ ਤਾਂ ਮਾਸ਼ਾਅੱਲਾ ਤੇਰੀ ਬੜੀ ਪਿਆਰੀ ਕਰਮ ਵਾਲੀ, ਮਾਸ਼ਾਅੱਲਾ ਪੱਟਾਂ 'ਚ ਬਾਹਰ ਨਿਕਲੀ ਫਿਰਦੀ ਹੈ, ਇੰਨਾ ਆਰਡਰ ਕੁਆਲਿਟੀ ਹੈ। ਇਹ ਦੱਸਣਾ ਕਿ ਇਹ ਕਦੋਂ ਸੂਈ ਸੀ? ਇੱਕ ਰਾਤ ਸੂਈ। ਰਾਤ ਸੂਈ, ਠੀਕ ਹੋ ਗਿਆ। ਇੱਕ ਚੁਆਈ ਹੋ ਗਈ ਸੀ? ਇੱਕ ਚੁਆਈ ਹੋ ਗਈ ਜੀ। ਅੱਛਾ, ਤੇ ਆਹ ਦੂਸਰੀ ਕਰਨੀ ਸੀ ਬੱਚਾ? ਅਸਲ ਇਹ ਹੋਇਆ ਨਾਜ਼ਮ ਕਿ ਇਹਦੇ ਥੱਲੇ ਦੁੱਧ ਦਾ ਮੈਨੂੰ ਪਤਾ ਹੀ ਨਹੀਂ ਸੀ, 9 ਕਿਲੋ ਚੋਇਆ। ਮਾਸ਼ਾਅੱਲਾ 9 ਕਿਲੋ ਬੌਲਾ ਚੋਇਆ। ਅੱਛਾ, ਮੈਂ ਬੱਚਾ ਛੱਡਤਾ, ਉਹ ਚੋਰ ਜਗਾਈ ਗਿਆ। ਇਹ ਉਹ ਬੱਚੇ ਤੋਂ ਜਿਹੜੇ ਫੇਰ ਆ, ਇਹਨਾਂ ਦਾ ਅਬੂ ਦੁੱਧ ਹੋਰ ਖੜਾ, 2 ਕਿਲੋ ਹੋਰ ਚੋਰਾ। ਮਾਸ਼ਾਅੱਲਾ, ਤੇ ਬੱਚੀ ਨੂੰ ਪੈ ਗਿਆ ਉਹ ਦੁੱਧ ਦਾ ਬੌਲੇ ਦਾ ਬੰਨ ਬੰਨ, ਦੁੱਧ ਜ਼ਿਆਦਾ ਪੀ ਗਿਆ। ਤੁਸੀਂ ਕੀ ਕਰੇ, ਥੋੜਾ ਜਿਹਾ ਖਲਾ ਨਾ ਕਰ ਜਾ, ਖਾ ਲਿਆ ਮਗਰ ਕਿ ਉਹ ਵੇ ਨਾ ਆਫਰੀ ਸੀ। ਆਫਰੀ ਪਈ, ਬਿਲਕੁਲ। ਬਸ ਆ ਇਹ ਮੇਰੇ ਵੀਰ ਦੋਸਤ ਵੇਖਦੇ ਪਏ ਨੇ, ਸਿਰਫ ਦੁੱਧ ਜ਼ਿਆਦਾ ਪੀਣ ਦੀ ਵਜ੍ਹਾ ਨਾਲ ਜਿਹੜਾ ਜਾਨਵਰ ਹੈ ਉਹ ਆਫਰ ਗਿਆ। ਤੇ ਇਹ ਭਾਈ ਹਰ ਹੁਣ ਟਿਕ ਜਾਏਗੀ ਇਨਸ਼ਾਅੱਲਾ, ਅੱਲਾਹ ਦੇ ਹੁਕਮ ਨਾਲ ਤੋੜਾਂਗੇ, ਚੁਆ ਕੇ ਦੇਵਾਂਗੇ। ਜੋ ਤੁਹਾਡਾ ਭਰਾ ਜਿਹੜਾ ਵੀਰ ਭਰਾ ਵੇ ਪਹਾੜੇ ਤੇ ਚੁਆ ਕੇ ਦੇਵਾਂਗੇ ਅੱਲਾਹ ਦੇ ਹੁਕਮ ਦਾ। ਇਹ ਨਾਲਮ ਜਿਹੜੀ ਇਹ ਨਸਲ ਹੈ ਆਪੇ ਵਗ ਗਿਆ ਦੀ ਵਗ ਦੀ ਵੈਲ ਵੱਛੀ ਵਗ ਦੀ ਵੱਛੀ, ਠੀਕ ਹੋ ਗਿਆ। ਮੁੱਠ ਇਹਦੇ ਪਤੇ ਹੁਣ ਤਰੀਕੇਕਾਰ ਕੀ ਹੋਣਾ ਹੈ ਕਿ ਮੁੱਠ ਰੋਟੀਆਂ ਦੀ ਜਾਂ ਵੰਡੇ ਦੀ ਅੱਗੇ ਸਾਡੋ ਥਾਪੀ ਮਾਰਦੇ ਚੋਲੇ ਥੱਲੇ ਬਹਿ ਗਿਆ, ਯਾਨੀ ਕਿ ਵੰਡਾ ਜਾਂ ਰੋਟੀਆਂ ਪਾੜਾ ਹੀ ਹੋ ਗਿਆ ਨਾ, ਉਹ ਅੱਗੇ ਪਾਇਆ ਥੱਲੇ ਬਹਿ ਗਿਆ, ਪਸਮੇ ਆਈ, ਠੀਕ ਹੋ ਗਿਆ।
ਉਂਝ ਇਹ ਹੁਣ ਮਾਸ਼ਾਅੱਲਾ ਪਹਿਲਾ ਬੋਲਾ ਦੇ ਨੇ ਕਰਮ ਵਾਲੀ ਨੇ ਸਹਿ ਕੱਢਿਆ, ਤੁਸੀਂ ਦੱਸਿਆ ਕਿੰਨਾ ਕੁ ਦੁੱਧ ਕਰੇਗੀ ਇਹ? 14-15 ਕਿਲੋ ਇਨਸ਼ਾਅੱਲਾ ਦੋ ਟਾਈਮ ਚਵਾ ਤੇ ਧਿਆਨ ਰੱਖ ਡੰਗ ਦੇਣੀ ਚਾਹ ਜਾਵੇ ਬੰਦਾ, ਹਾਂਜੀ ਡੰਗ ਦੇਣੀ ਸ਼ਹਿਰ ਤੇ ਆਵੇ ਜਾਂ ਆ ਜਾਵੇ, ਹਾਂਜੀ 14-15 ਕਿਲੋ ਅੱਲਾ ਦੇ ਹੁਕਮ, 14-15 ਕਿਲੋ ਪਹਿਲਣ ਵੈੜੀ ਕੋਲ ਮਾਸ਼ਾਅੱਲਾ ਚਵਾ ਕੇ ਦਿਓ ਅੱਲਾ ਦੇ ਹੁਕਮ, ਬਿਲਕੁਲ ਠੀਕ ਹੋ ਗਿਆ। ਤੇ ਰੇਟ ਕੀ ਇਹਦਾ ਪਿਆਰ ਮਾ? ਰੇਟ ਬਾਈ ਅੱਗੇ ਦਾ ਕਰਦਾ ਸਭ 270 ਵੈੜੀ, ਵਾਕਈ 2.5 ਲੱਖ ਦੀ ਸੀ, ਸਿਰਫ ਵੈੜੀ ਦਾ ਬੱਚਾ ਮਰ ਗਿਆ, ਉਹਨਾਂ ਨੇ ਜਿਹੜਾ ਅੱਜ ਰੇਟ ਕੀਤਾ 1,95,000 ਰੁਪਇਆ ਸਿਰਫ ਦੇਣ ਲੈਣ ਵਾਲੀ ਗੱਲਾਂ ਨੇ। ਬਾਕੀ ਇਹ ਨਹੀਂ ਕਿ ਦੁੱਧ ਤੇ ਨਹੀਂ ਆਵਣੀ, ਜਿਹੜਾ ਮੇਰਾ ਵੀਰ ਭਰਾ ਆ ਜਾਵੇ ਇੱਥੇ ਉੱਪਰ ਪਹਾੜੇ ਤੇ ਚੁਆ ਕੇ ਦੇਣਗੇ ਦੋ ਟਾਈਮ 14-15 ਲੀਟਰ। ਭਾਈ ਇਫਤਖਾਰ ਨੇ ਕਿਹਾ ਮੈਂ ਤਸੱਲੀਆਂ ਨਾਲ ਚੁਆ ਕੇ ਦਿਆਂਗਾ, ਬੱਚਾ ਅੱਗੇ ਪਿਆ, ਹਰ ਗੱਲ ਦੀ ਤਸੱਲੀ ਹੈ, ਦੂਸਰੀ ਚੁਆਈ ਹੋਣ ਹੋਣੀ ਹੈ ਦੋਸਤੋ। ਔਰ ਇਸ ਰੇਟ 'ਚ ਕੋਈ ਮਮਤਾ ਵੀ ਪਾ ਦਿਆ ਜੀ, ਮਮਤਾ ਵੀ ਪਾਵਾਂਗੇ, ਦੂਜਾ ਥਣ ਘੱਟ ਬਾਅਦ ਕੋਈ ਦੋਸਤ ਆ ਜਾਵੇ, ਹਾਂਜੀ, ਜਾਂ ਨਾ ਆਵੇ ਖੁਦਾ ਨਾ ਖਾਸਾ ਪੂਰੇ ਕੋਈ ਦੋਸਤ ਆਨਲਾਈਨ ਲੈਂਦਾ, ਮੇਰੀ ਇੰਦੀ ਇਨਸ਼ਾਅੱਲਾ ਥਣਾਂ ਦੇ ਘਾਟੇ ਵਾਦੇ ਦੀ ਤੁਸੀਂ ਤਸੱਲੀ ਹੋਵੇ, ਆਉਣ ਜਾਣ ਦਾ ਕਿਰਾਇਆ ਦਿਆਂਗਾ, ਹਾਂਜੀ, ਨਾਲੇ ਮੈਂ ਮਾਰ ਪਿੱਛਾ ਜੀ। ਬੜੀ ਗੱਲ, ਬੜੀ ਗੱਲ ਹੈ, ਮੇਰੇ ਵੀਰ ਸੁਣਦੇ ਪਏ ਨੇ, ਫਿਰ ਵੀ ਮਬਤਾ ਕਰ ਕੋਈ ਦੇ ਵਿੱਚੋਂ ਪੈਦਾ, ਤੈਨੂੰ ਘਾਟਾ ਹੀ ਪਿਆ, ਲੇਕਿਨ ਇਹ ਚਲੋ ਘਾਟਾ ਮੇਰਾ ਅੱਲਾ ਪੂਰੇ ਕਰੇਗਾ, ਲੇਕਿਨ ਜਿਹੜਾ ਭਰਾ ਲੈ ਗਿਆ ਹਾਂਜੀ ਬੱਚੀ ਦੀ ਨਸਲ ਤੇ ਯਾਦ ਰੱਖੇਗਾ ਇਨਸ਼ਾਅੱਲਾ। ਇਹ ਕੋਈ ਮੇਰਾ ਗਵਾਲਣ ਭਾਈ ਹੋਵੇ ਨਾ ਗਵਾਲ ਦਾ, ਉਹਨੂੰ ਇਹ ਬੜੀ ਪਿਆਰੀ ਵੈੜੀ ਹੈ, ਬੜੀ ਅੱਛੀ ਵੈੜੀ ਹੈ ਦੋਸਤੋ। ਔਰ ਬੱਚੇ ਤੋਂ ਬਗੈਰ ਜਿਹੜਾ ਰੱਖਣ ਨਾਲ ਅੱਲਾ ਦੇ ਹੁਕਮ ਨਾਲ ਯਾਦ ਕਰੇਗਾ ਦੁੱਧ ਇਨਸ਼ਾਅੱਲਾ 14-15 ਲੀਟਰ ਆਰਾਮ ਨਾਲ ਦੇਗੀ। ਔਰ ਬਿਲਕੁਲ ਸੱਜਣ ਸੁਈ ਦੂਸਰਾ ਗੋਲਾ ਹੁਣ ਕਰਨਾ, ਉਹ ਬੱਚਾ ਅੱਗੇ ਪਿਆ ਇਸ ਗੱਲ ਦਾ ਸਬੂਤ ਹੈ, ਤੇ ਇਹਦੇ 'ਚ ਮਮਤਾ ਪਾ, ਮਮਤਾ ਦਿਲ ਕਰੇ ਲੈ ਲਵੇ ਆਪਾਂ ਬੱਚੇ ਦੇ ਪੈਸੇ ਕਟਾ ਜੀ। ਠੀਕ ਹੋ ਗਿਆ, ਬੜੀ ਗੱਲ ਹੈ, ਬੜੀ ਗੱਲ। ਇਹ ਮੇਰੇ ਵੀਰ ਦੇਖਦੇ ਪੈਣ 1,90,000 ਰੁਪਇਆ ਭਾਈ ਨੇ ਰੇਟ ਕੀਤਾ, ਔਰ ਇਹਦੇ 'ਚੋਂ ਵੀ ਕੋਸ਼ਿਸ਼ ਕਰਾਂਗੇ ਪਿਆਰ ਮੁਹੱਬਤ ਕਰਾਉਣ ਦੀ, ਲੇਕਿਨ 1,90,000 ਰੁਪਇਆ ਕੋਈ ਜ਼ਿਆਦਾ ਨਹੀਂ ਰੇਟ ਦੋਸਤੋ। ਮੇਰੇ ਵੀਰਾਂ ਦੋਸਤਾਂ ਨੇ ਵਿਹੜੀ ਵੇਖ ਲੈਣੀ, ਸਿਰਫ ਕੀ ਕਿ ਬੱਚਾ ਮਰ ਗਿਆ ਇਸ ਵਜ੍ਹਾ ਤੋਂ ਇਹ ਰੇਟ ਹੈ, ਬਾਕੀ ਉਹ 270 ਰੇਟ ਕਰਦਾ ਸੀ, ਲੇਕਿਨ ਇਹਦੇ 'ਚੋਂ ਕੋਈ ਪਿਆਰ ਮੁਹੱਬਤ ਕਰਾਵਾਂਗੇ। ਬਾਕੀ ਵਿਹੜੀ ਅੱਲਾ ਦੇ ਹੁਕਮ ਨਾਲ ਜਿਹੜਾ ਮੇਰਾ ਵੀਰ ਲੈ ਗਿਆ ਯਾਦ ਕਰੇਗਾ, ਪਹਾੜੇ ਤੇ ਭਾਈ ਇਫਤਖਾਰ ਨੇ ਕਿਹਾ ਮੈਂ ਚੁਆ ਕੇ ਦਿਆਂ। ਨਾਜ਼ਮ ਭਾਈ ਦੂਸਰੇ ਨੰਬਰ ਦੇ ਵਿੱਚ ਕਿ ਅਲਹਮਦੁਲਿਲਾ 2 ਨੰਬਰੀ ਨਹੀਂ ਕੀਤੀ, ਮੰਡੀ ਤੋਂ ਲਿਆ ਤੇ ਬੱਚਾ ਹੋਰ ਲਾ ਤੇ ਵਿਖਾ ਦੀ ਆ, ਲੇਕਿਨ 2 ਨੰਬਰੀ ਨਹੀਂ ਕਰਨੀ, ਜੋ ਮੇਰੇ ਰੱਬ ਨੇ ਕੀਤੀ ਹੈ ਉਹ ਹੀ ਵਿਖਾਵਣੀ, ਉਹ ਹੀ ਵਿਖਾਵਣੀ, ਬਿਲਕੁਲ, ਕੀਤੀ ਵੀ ਨਹੀਂ ਤੇ ਕਰਨੀ ਵੀ ਨਹੀਂ, ਕਰਨੀ ਵੀ ਨਹੀਂ, ਹਾਂਜੀ। ਔਰ ਬੱਚਾ ਵੀ ਨਹੀਂ, ਇਹ ਨਹੀਂ ਲੋਕਾਂ ਤਰ੍ਹਾਂ ਬਾਕੜੀਆਂ ਨੂੰ ਬੱਚੇ ਲਾ ਦੇਣੇ, ਅੱਲਾ ਦੇ ਗੁਣਾ ਸੱਜਣ ਨੂੰ ਵੀ ਨਹੀਂ ਬੱਚਾ ਲਾਇਆ, ਇਸ ਗੱਲ ਦਾ ਸਬੂਤ ਹੈ ਜਿਹੜੀ ਹੈਗੀ ਓਰਿਜਨਲ ਗੱਲ ਹੈ, ਬੋਲਾ ਹੀ ਦੱਸ ਦੇਗਾ, ਲੈਣਾ ਦੇਣਾ ਨਸੀਬ ਹੈ। ਦੂਜੇ ਨੰਬਰ 'ਤੇ ਜਿਹੜੇ ਭਰਾ ਨੂੰ ਸ਼ੱਕ ਹੋਵੇ, ਵੱਲਿਆ ਤੇ ਚੋ ਲਵੇ, ਉਹਦੀ ਚਾਹ ਪਕਾ ਲਵੇ, ਜੇ ਫੁੱਟ ਬਣ ਜਾਵੇ ਤਾਂ ਲੈ ਜਾਵੇ, ਜੇ ਚਾਹ ਬਣ ਜਾਵੇ ਤਾਂ ਛੱਡ ਜਾਵੇ। ਬੜੀ ਗੱਲ, ਬੜੀ ਗੱਲ। ਇਹ ਮੇਰੇ ਵੀਰ ਦੇਖਦੇ ਪਏ ਨੇ, ਭਾਈ ਨੇ ਕਿਹਾ ਉੱਤੇ ਆ ਜਾਵੇ ਬੰਦਾ, ਚੁਆਈ ਕਰੇ, ਉੱਤੇ ਰੱਖੇ ਦੁੱਧ, ਜੇ ਉਬਲ ਜਾਵੇ ਫੁੱਟ ਬਣਨ ਤਾਂ ਫਿਰ ਤੱਕਾ ਬਣ ਕੇ ਵਾਕਿਆ ਹੀ, ਅਤੇ ਨਾ ਬਣਨ ਤਾਂ ਫਿਰ ਕਵਣ ਕੇ ਤੁਸੀਂ ਹੈਗੇ ਹੀ ਨਹੀਂ ਜੀ, ਅੱਲਾ ਦੇ ਹੁਕਮ ਨਾਲ ਗੱਲ ਜਿਹੜੀ ਹੋਵੇਗੀ ਖਰੀ ਹੋਵੇਗੀ ਇਨਸ਼ਾਅੱਲਾ। ਔਰ ਹੁਣ ਫਿਰ ਮਾਸ਼ਾਅੱਲਾ ਥੱਲੋਂ ਬਣੀ ਫਿਰਦੀ, ਸੁਬਹ ਚੁਆਈ ਕੀਤੀ ਹੈ, ਹੁਣ ਫਿਰ ਥੱਲੋਂ ਬਣੀ ਫਿਰਦੀ ਹੈ। ਬਾਕੀ ਜਿਹੜੇ ਮੇਰੇ ਵੀਰ ਭਰਾ ਦੋਸਤ ਦੇ ਪਸੰਦ ਆਵੇ, ਕੋਈ ਵੀਰ ਭਰਾ ਖਰੀਦਣਾ ਚਾਹੁੰਦਾ ਹੋਵੇ, ਉਹ ਮੇਰਾ ਰਾਬਤਾ ਨੰਬਰ ਲੈ ਸਕਦਾ 0302-4029-695 0302-4029-695
ਇਹੀ ਦੋਸਤੋ ਮੇਰਾ ਵਟਸਐਪ ਨੰਬਰ ਹੈ, ਇਹੀ ਦੋਸਤੋ ਮੇਰਾ ਰਾਬਤਾ ਨੰਬਰ ਹੈ। ਉਮੀਦ ਕਰਨਾ ਕਿ ਮੇਰਾ ਦੋਸਤਾਂ ਨੂੰ ਅੱਜ ਵਾਲੀ ਵੀਡੀਓ ਪਸੰਦ ਆਈ ਹੋਵੇਗੀ। ਅੱਜ ਵਾਲੀ ਵੀਡੀਓ ਪਸੰਦ ਆਵੇ ਚੈਨਲ ਨੂੰ ਸਬਸਕ੍ਰਾਈਬ ਕਰਨਾ, ਸ਼ੇਅਰ ਕਰਨਾ, ਕਮੈਂਟ ਕਰਨਾ ਨਹੀਂ ਦੋਸਤੋ ਭੁੱਲਣਾ। ਔਰ ਅੱਜ ਦੀ ਵੀਡੀਓ ਨਾਲ ਆਪਣੇ ਮੇਜ਼ਬਾਨ ਮੁਹੰਮਦ ਨਾਜ਼ਮ ਦੇਣ ਇਜਾਜ਼ਤ। ਅੱਲਾ ਨਿਗਹਿਬਾਨ। ਪਾਕਿਸਤਾਨ ਜ਼ਿੰਦਾਬਾਦ।